Hey guys, welcome you all in your own channel Learn Everything. Okay, so ਸਾਡੀ ਮਾਸਟਰ ਕੇਡਰ 2020 ਲਈ ਮੈਥਮੈਟਿਕਸ ਤੇ ਜੋ ਸੀਰੀਜ਼ ਚੱਲ ਰਹੀ ਹੈ ਫਰਸਟ ਦੈਟ ਇਜ਼ ਆਫ ਬਾਇਨੋਮੀਅਲ ਥਿਊਰਮ ਤੇ ਅਸੀਂ ਆਲਰੇਡੀ ਚਾਰ ਪਾਰਟਸ ਇਹਦੇ ਕਰ ਚੁੱਕੇ ਹਾਂ. ਨਾਓ ਵੀ ਵਿਲ ਮੂਵ ਟੂ ਦਾ ਫਿਫਥ ਪਾਰਟ. ਓਕੇ, ਸੋ ਸਾਡੇ ਦੋ ਪਾਰਟ ਹੋਰ ਰਹਿ ਗਏ ਨੇ. ਆਈ ਥਿੰਕ ਇੱਕ ਜਾਂ ਦੋ ਪਾਰਟ ਹੋਰ ਆਣਗੇ. ਆਫਟਰ ਦੈਟ ਆਈ ਵਿਲ ਟੇਕ ਦਾ ਟੈਸਟ. ਮੈਂ ਤੁਹਾਡਾ ਟੈਸਟ ਲਵਾਂਗੀ, ਉਸ ਤੋਂ ਬਾਅਦ ਮੇਰੀ ਇੱਕ ਵੀਡੀਓ ਹੋਏਗੀ ਟੈਸਟ ਤੇ ਜਿਹੜੀ ਮੈਂ ਤੁਹਾਡੀ ਸਿਰਫ ਇਹ ਪਿਛਲੇ ਕੁਐਸਚਨਸ ਦਾ ਹੀ ਟੈਸਟ ਲਵਾਂਗੇ. ਸੋ ਜਿਹੜੇ ਵੀ ਮੇਰੀ ਵੀਡੀਓ ਨੂੰ ਰੈਗੂਲਰ ਦੇਖ ਰਹੇ ਨੇ ਉਹ ਨਾਲ ਨਾਲ ਆਪਣੇ ਆਪ ਨੂੰ ਪ੍ਰਿਪੇਅਰ ਕਰਨ ਕਿ ਉਸ ਦਿਨ ਮੇਰਾ ਟੈਸਟ ਹੋਏਗਾ, ਮੈਂ ਤੁਹਾਨੂੰ ਕੁਐਸਚਨ ਇੱਥੇ ਪ੍ਰੋਵਾਈਡ ਕਰਾਂਗੀ, ਠੀਕ ਹੈ? ਤਾਂ ਤੁਸੀਂ ਉਹਦੇ ਸਹੀ ਆਨਸਰ ਕਰਨੇ ਆ, ਠੀਕ ਹੈ? ਸੋ ਨਾਓ ਵੀ ਵਿਲ ਮੂਵ ਟੂ ਦਾ ਫਿਫਥ ਪਾਰਟ ਐਂਡ ਆਮ ਸ਼ੋਰ ਇਟਸ ਵੈਰੀ ਈਜ਼ੀ. ਸਮ ਆਫ ਦਾ ਕੋਫੀਸ਼ੀਐਂਟਸ ਲਾਈਕ ਬਾਇਨੋਮੀਅਲ ਐਕਸਪੈਂਸ਼ਨ ਹੁੰਦੀ ਹੈ, ਮੈਂ ਤੁਹਾਨੂੰ ਦੱਸਿਆ ਸੀ ਬਾਇਨੋਮੀਅਲ ਐਕਸਪੈਂਸ਼ਨ ਲਾਈਕ ਐਕਸ ਪਲੱਸ ਏ ਦੀ ਪਾਵਰ ਐਨ. ਇਹਨੂੰ ਜਦੋਂ ਆਪਾਂ ਖੋਲਦੇ ਹਾਂ ਲਾਈਕ ਉੱਥੇ ਕੋਫੀਸ਼ੀਐਂਟਸ ਆਉਂਦੇ ਆ ਸੀ 1 to 2, 0 to 1, 1 to 2 ਅੱਗੇ ਅੱਗੇ ਆਉਂਦੇ ਆ ਨਾ. ਤਾਂ ਉਹਨਾਂ ਕੋਫੀਸ਼ੀਐਂਟਸ ਦਾ ਸਾਰਿਆਂ ਦਾ ਸਮ ਕਰਨਾ ਹੋਵੇ, ਉਹਨੂੰ ਐਕਸਪੈਂਸ਼ਨ ਨੂੰ ਖੋਲਣਾ ਫਿਰ ਉਹਦਾ ਸਮ ਕਰਨਾ, ਦੈਟ ਵਿਲ ਬੀ ਵੈਰੀ ਡਿਫੀਕਲਟ. ਮਤਲਬ ਇੰਨਾ ਈਜ਼ੀ ਨਹੀਂ ਹੋਏਗਾ. ਬਟ ਡੋਂਟ ਵਰੀ, ਆਈ ਹੈਵ ਅ ਸ਼ਾਰਟ ਟਿਕ ਫਾਰ ਯੂ, ਜਿਸ ਮਤਲਬ ਸੈਕਿੰਡਸ ਦੇ ਵਿੱਚ ਇਹ ਸਭ ਹੋ ਜਾਏਗਾ, ਠੀਕ ਹੈ? ਸੋ ਪਲੀਜ਼ ਗਿਵ ਮੀ ਅ ਮਿੰਟ. ਓਕੇ, ਸੋ ਵਟ ਆਈ ਹੈਵ ਟੂ ਡੂ ਫਾਰ ਦਿਸ, ਕੀ ਕਰਨਾ ਹੈ? ਜਸਟ ਜਿਹੜਾ ਵੀ ਉੱਥੇ ਵੇਰੀਏਬਲ ਹੈਗਾ ਉਹਨੂੰ ਕੀ ਪੁੱਟ ਕਰ ਦੇਣਾ ਆ, 1. ਦੈਟਸ ਸੋ ਸਿੰਪਲ. ਲਾਈਕ ਸਾਨੂੰ ਐਕਸਪੈਂਸ਼ਨ ਪੇਪਰ ਚੱਲ ਜਾਂਦੀ ਹੈ 2x + 3 ਦੀ ਪਾਵਰ 99, ਠੀਕ ਹੈ? ਉਹ ਬੋਲਦੇ ਇੱਥੇ ਸਮ ਆਫ ਕੋਫੀਸ਼ੀਐਂਟਸ ਕਿੰਨਾ ਹੋਏਗਾ, ਇਸ ਐਕਸਪੈਂਸ਼ਨ ਚ ਜਿਹੜੇ ਕੋਫੀਸ਼ੀਐਂਟਸ ਹੋਣਗੇ ਉਹਨਾਂ ਦਾ ਸਮ ਕੀ ਹੋਏਗਾ. ਡੋਂਟ ਵਰੀ, ਜਸਟ ਪੁੱਟ ਐਕਸ ਇਕੁਅਲ ਟੂ 1. 2 1 + 3 ਪਾਵਰ 99. 2 1 + 2 + 3 we get 5 raised to power 99. So this will be our answer. That's so easy and that's so simple. So you can take the screenshot. After that I will solve these sums. Like ਸਾਡੀ ਥੋੜੀ ਪ੍ਰੈਕਟਿਸ ਹੋ ਜਾਏਗੀ ਤੇ ਇਹ ਸਮ ਜੋ ਆਪਾਂ ਸੋਲਵ ਕਰਾਂਗੇ, ਠੀਕ ਹੈ? ਲਾਈਕ ਸਾਡਾ ਫਸਟ ਸਮ ਹੈਗਾ ਦਾ ਫਾਈਂਡ ਦਾ ਸਮ ਆਫ ਕੋਫੀਸ਼ੀਐਂਟਸ ਇਨ 1 + x - 3x² - 101. 1 + x - 3x² - 101. What we people have to do? Just put x equal to 1. Whatever the variable is, you have to put that equal to 1. Like 1 + 1 - 3² - 101. 1 + 1 - 2 - 3 - 101 and - 1 - 101. And we know minus the power ਜਦੋਂ ਸਾਡੇ ਕੋਲ ਆਡ ਹੁੰਦੀ ਆ ਤੇ ਆਨਸਰ ਕੀ ਆਉਂਦਾ? -1. ਲਾਈਕ ਸਾਨੂੰ ਪਤਾ ਹੀ ਆ ਜੇ -1 ਦੀ ਪਾਵਰ ਈਵਨ ਹੋਏਗੀ ਤਾਂ ਆਨਸਰ ਕੀ ਆਏਗਾ? 1. ਬਟ ਜੇ -1 ਦੀ ਪਾਵਰ ਕੋਈ ਆਡ ਹੋਏਗੀ ਤੇ ਆਨਸਰ ਕੀ ਆਏਗਾ? -1. ਸੋ ਦਿਸ ਇਜ਼ ਦੀ ਬੇਸਿਕ ਥਿੰਗ. ਸੋ ਇਹਦਾ ਆਨਸਰ ਕੀ ਆ ਜਾਏਗਾ? -1. ਸੋ ਦੈਟ ਵਾਸ ਵੈਰੀ ਈਜ਼ੀ, ਨਥਿੰਗ ਇਜ਼ ਲਾਈਕ ਡਿਫੀਕਲਟ ਹੇਅਰ. ਓਕੇ, ਸੋ ਕਰਨਾ ਕੀ ਹੈ? ਜਸਟ ਐਕਸ ਵੇਰੀਏਬਲ ਹੋਏਗਾ, ਵਾਈ ਹੋਏਗਾ, ਜੈਡ ਜੋ ਵੀ ਹੋਏਗਾ, ਤੁਸੀਂ ਉਸ ਵੇਰੀਏਬਲ ਨੂੰ ਕੀ ਪੁੱਟ ਕਰਨਾ ਹੈਗਾ? ਜਸਟ 1 ਐਂਡ ਯੂ ਵਿਲ ਗੈਟ ਦਾ ਆਨਸਰ. ਨਾਓ ਵੀ ਵਿਲ ਮੂਵ ਟੂ ਅਵਰ ਸੈਕਿੰਡ ਕੁਐਸਚਨ. ਲਾਈਕ ਫਾਈਂਡ ਦੀ ਵੈਲਿਊ ਆਫ ਅਲਫਾ. ਫਾਈਂਡ ਦੀ ਵੈਲਿਊ ਆਫ ਅਲਫਾ ਫੋਰ ਵਿਚ ਦਾ ਸਮ ਇਨ ਦਿਸ ਐਕਸਪੈਂਸ਼ਨ ਵੈਨਿਸ਼ਿਸ. ਦੈਟ ਮੀਨਸ ਉਹ ਬੋਲੇ ਆਇਆ ਇਟਸ ਸਮ ਆਫ ਕੋਫੀਸ਼ੀਐਂਟਸ ਆਏਗਾ. ਸਮ ਆਫ ਕੋਫੀਸ਼ੀਐਂਟਸ ਇਸ ਐਕਸਪੈਂਸ਼ਨ ਦੇ ਵਿੱਚ ਮੈਂ ਅਲਫਾ ਦੀ ਕੀ ਵੈਲਿਊ ਪੁੱਟ ਕਰਾਂ ਕਿ ਜਿਹੜਾ ਮੇਰੇ ਕੋਲ ਸਮ ਆ ਉਹ ਕੀ ਹੋ ਜਾਵੇ? ਬੈਨਿਸ਼ ਹੋ ਜਾਵੇ. ਕੀ ਐਕਸਪੈਂਸ਼ਨ ਮੇਰੀ? ਅਲਫਾ ਕਿਊਬ ਐਕਸ ਸਕੇਅਰ -2 α x + 1 raised to power 51. ਉਹ ਸਮ ਚ ਮੈਨੂੰ ਪੁੱਛ ਰਿਹਾ ਕਿ ਇਸ ਐਕਸਪੈਂਸ਼ਨ ਦੇ ਵਿੱਚ ਮੈਂ ਅਲਫਾ ਨੂੰ ਕੀ ਪੁੱਟ ਕਰਾਂ ਕਿ ਇਹਦਾ ਸਮ ਕੀ ਹੋ ਜਾਵੇ? ਵੈਨਿਸ਼. ਸੋ ਆਪਾਂ ਦੇਖਦੇ ਹਾਂ, ਜੇ ਤਾਂ ਮੈਂ 0 ਪੁੱਟ ਕਰਾਂਗੀ, 0 - 0 ਫਿਰ ਵੀ 1 ਵੱਜੇਗਾ. ਸਮ ਸਾਨੂੰ ਪਤਾ ਲੱਗ ਗਿਆ ਨਾ, ਸਮ ਇਹਦੇ ਕੋਫੀਸ਼ੀਐਂਟ ਤਾਂ ਨਿਕਲਣਾ ਕਿੱਦਾਂ ਆ? ਸਮ ਕਿੱਦਾਂ ਨਿਕਲਣਾ? ਜਦੋਂ ਮੈਂ ਪਾਵਰ ਜਿਹੜੀ ਆ ਜਿਹਦੇ ਵੇਰੀਏਬਲਸ ਉਹਨਾਂ ਨੂੰ 1 ਪੁੱਟ ਕਰਾਂ. ਬਟ ਉਹ ਮੈਨੂੰ ਇੱਥੇ ਇਹ ਨਹੀਂ ਪੁੱਛ ਰਿਹਾ, ਕਹਿੰਦਾ ਸਮ ਮੇਰੇ ਕੋਲ ਆਵੇ ਕਿੰਨਾ ਆਵੇ? 0 ਆਵੇ. ਮੈਨੂੰ ਇੰਨਾ ਪਤਾ ਉਹੀ, ਮੈਨੂੰ ਸਮ ਲਈ ਕੀ ਕਰਨਾ ਪੈਂਦਾ? ਇਹਨੂੰ 1 ਪੁੱਟ ਕਰਨਾ ਪੈਂਦਾ, ਬਣ ਜਾਏਗਾ ਅਲਫਾ ਕਿਊ -2 α + 1 ਦੀ ਪਾਵਰ 51. ਕਿਉਂਕਿ ਜਦੋਂ ਮੈਂ ਇੱਥੇ ਵੇਰੀਏਬਲਸ ਨੂੰ ਇਹ ਮੇਰਾ ਸਮ ਆ ਗਿਆ, ਬਟ ਇਹ ਸਮ 0 ਤਾਂ ਨਹੀਂ ਆਇਆ. ਉਹੀ ਪੁੱਛ ਰਿਹਾ ਕਿ ਅਲਫਾ ਨੂੰ ਮੈਂ ਇੱਥੇ ਕੀ ਪੁੱਟ ਕਰਾਂ ਕਿ ਸਮ ਕੀ ਆ ਜਾਵੇ? 0 ਆ ਜਾਵੇ. ਤੁਸੀਂ ਦੇਖੋ 1 ਪੁੱਟ ਕਰਕੇ ਦੇਖ ਲਓ, 1 ਦੀ ਕਿਊਬ 1
minus 2 1 the 2 plus 1 raised to power 51 and we get answer 0. 0 raised to power jo marzi ho ki aayega 0 aayega. 1 plus 1 2 2 minus 2 0. That means ithe is expansion de vich je main alpha nu ki put kar dama 1 put kar dama mera answer ki aayega 0. So here answer aya ude vich puchya in the expansion 1 plus x raised to power 50 find the sum of coefficient of odd power of x. So, असी तो sum of coefficient ढूंढ कर रहे हैं सानू easily समझ आ गया कि sum of coefficient नहीं तो कुछ औखा नहीं है बस करना क्या है जिहड़ा variable है उसे put करना है 1. So, ए मैंने expansion दी है इहदे विच मैं put की करना x नू 1 x नू 1 put किया 1 plus 1 2 raised to power 50. So, ताडे according जी आ गया साडा answer. But, question नू ध्यान रखना उन्हें पूछा है जरूर है sum of coefficient but केदा odd power of x सिर्फ जिहना नाल x की power की है odd हैगी है. So, listen. ਪੂਰੀ ਜਦੋਂ ਆਪਾਂ ਐਕਸਪੈਂਸ਼ਨ ਖੋਲਦੇ ਆ ਨਾ ਉਹਦੇ ਵਿੱਚ ਜੇ 50 ਟਰਮ ਆਡ ਪਾਵਰ ਮਤਲਬ ਕੰਟੇਨਿੰਗ ਐਕਸ ਤੇ 50 ਹੀ ਕੀ ਹੋਣਗੀਆਂ ਈਵਨ ਪਾਵਰ ਹੋਣਗੀਆਂ ਮਤਲਬ ਐਗਜ਼ਾਮਪਲ ਹੈ ਰਹੀ ਹਾਫ ਆਡ ਹੋਣਗੀਆਂ ਤੇ ਹਾਫ ਈਵਨ ਹੋਣਗੀਆਂ ਸੋ ਜਿਹੜਾ ਇਹ ਸਮ ਆ ਸਾਰਿਆਂ ਦੇ ਵਿੱਚੇ ਈਵਨ ਤੇ ਜੇ ਮੈਂ ਸਮ ਨੂੰ ਅੱਧਾ ਕਰ ਦਵਾਂ ਮਤਲਬ ਕਿਹਦਾ ਨਿਕਲ ਜਾਏਗਾ ਮੇਰੇ ਕੋ ਆਡ ਦਾ ਨਿਕਲ ਜਾਏਗਾ ਠੀਕ ਹੈ ਸੋ ਇਹਦਾ ਮੈਂ ਕਰ ਦਿੱਤਾ ਹਾਫ ਕਰ ਦਿੱਤਾ ਮੇਰੇ ਕੋ ਆ ਗਿਆ 2 ਰੇਸ ਟੂ ਪਾਵਰ 50 ਪਾਵਰ 1 ਉੱਪਰ ਜਾ ਕੇ ਮਾਈਨਸ ਹੋ ਜਾਏਗੀ 2 ਰੇਸ ਟੂ ਪਾਵਰ 40 9. So, ਇਹ ਸਾਡਾ ਕੀ ਆ ਜਾਏਗਾ ਔਡ ਪਾਵਰ ਕੰਟੇਨਿੰਗ x ਉਹਨਾਂ ਦਾ ਸਾਡੇ ਕੋਲ ਕੀ ਆ ਜਾਏਗਾ ਸਮ ਆ ਜਾਏਗਾ ਠੀਕ ਹੈ ਸੋ ਤੁਹਾਨੂੰ ਇੱਕ ਮੈਂ ਕੁਐਸਚਨ ਦੇ ਰਹੀ ਹਾਂ ਠੀਕ ਹੈ ਜੋ ਤੁਸੀਂ ਕਰਨਾ ਹੈ ਖੁਦ ਤੋਂ ਤੇ ਕਮੈਂਟ ਬਾਕਸ 'ਚ ਉਹਦਾ ਆਨਸਰ ਦੇਣਾ ਹੈਗਾ 2y ਮਾਈਨਸ 3 ਰੇਸ ਟੂ ਪਾਵਰ 49 ਇਹ ਵਾਲੇ ਕੁਐਸਚਨ ਦਾ ਤੁਸੀਂ ਮੈਨੂੰ ਆਨਸਰ ਜਿਹੜਾ ਕਮੈਂਟ ਬਾਕਸ ਦੇ ਵਿੱਚ ਦੇਣਾ ਇਹ 'ਚ ਮੈਨੂੰ ਤੁਸੀਂ ਸਮ ਆਫ ਕੋਫੀਸ਼ੀਐਂਟਸ ਪਤਾ ਕਰਕੇ ਦੱਸਣਾ ਹੈਗਾ ਵੀ ਕੀ ਆ ਤੇ ਦੂਸਰਾ ਜੋ ਸਾਡਾ ਰਹਿ ਗਿਆ ਬਾਇਨੋਮੀਅਲ ਦਾ ਜ਼ਿਆਦਾ ਨਹੀਂ ਹੈਗਾ ਇੱਕ ਜਾਂ ਦੋ ਬਹੁਤ ਛੋਟੀਆਂ ਛੋਟੀਆਂ ਵੀਡੀਓਜ਼ ਹੋਣਗੀਆਂ ਜੋ ਮੈਂ ਦੋ ਮੈਥਡ ਸਾਡੇ ਹੋਰ ਰਹਿ ਗਏ ਨੇ ਜਿਹਨਾਂ ਨੂੰ ਮੈਂ ਅਪਲੋਡ ਕਰਾਂਗੀ ਦੋ ਜਾਂ ਤਿੰਨ ਹੋਣਗੇ ਤੇ ਉਸ ਤੋਂ ਬਾਅਦ ਤੁਹਾਡਾ ਟੈਸਟ ਹੋਏਗਾ ਮਤਲਬ ਨਾਲੋ ਨਾਲ ਆਪਣੇ ਆਪ ਨੂੰ ਪ੍ਰਿਪੇਅਰ ਕਰੋ ਇਹ ਸਭ ਲਈ ਕਿਉਂਕਿ ਕਾਫੀ ਵਾਸਟ ਸਿਲੇਬਸ ਹੈਗਾ ਆ ਸਾਇੰਸ ਵਾਲੇ ਨਾਲ ਫਿਜ਼ਿਕਸ ਕੈਮਿਸਟਰੀ ਵੀ ਕਵਰ ਕਰਨੀ ਚਲੋ ਮੈਥਮੈਟਿਕਸ ਵੀ ਬਹੁਤ ਸਿਲੇਬਸ ਹੈਗਾ ਬਟ ਨਾਲੋ ਨਾਲ ਕਵਰ ਕਰੋਗੇ ਉਹ ਮੱਚ ਬੈਟਰ ਆ ਸੋ ਅਪਰੋਕਸਲੀ ਕਿ ਪਰਸੋਂ ਤੁਹਾਡਾ ਟੈਸਟ ਹੋ ਜਾਏਗਾ ਪਰਸੋਂ ਮੈਂ ਤੁਹਾਨੂੰ ਮਤਲਬ ਪਰਟੀਕੂਲਰ ਕੁਐਸਚਨਸ ਕਿ ਇੰਡੀਪੈਂਡੈਂਟ ਟਰਮ ਦੇ ਮਿਡਲ ਟਰਮ ਦੇ ਕੁਐਸਚਨਸ ਇੱਕ ਵਾਰੀ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਗੋ ਥਰੂ ਹੋ ਜਾਓ ਉਸ ਤੋਂ ਬਾਅਦ ਮੈਂ ਉਹ ਵੀਡੀਓ ਸਿਰਫ ਵੀਡੀਓ ਸਿਰਫ ਤੁਹਾਡਾ ਟੈਸਟ ਹੋਏਗਾ ਸਿਰਫ ਟੈਸਟ ਮਤਲਬ ਕਿ ਤੁਸੀਂ ਕੱਲਾ ਕੱਲਾ ਕੁਐਸਚਨ ਤੁਸੀਂ ਉਹਨੂੰ ਐਵੈਲੂਏਟ ਕਰ ਸਕੋ ਕਿ ਤੁਹਾਨੂੰ ਕੁਝ ਸਮਝ ਵੀ ਆਇਆ ਤੁਸੀਂ ਉਹ ਅਪਲਾਈ ਕਰ ਰਹੇ ਹੋ ਨਾਲ ਨਾਲ ਮੈਂ ਉਹ ਸਮਝਾ ਵੀ ਦੇਵਾਂਗੀ ਸੋ ਪਲੀਜ਼ ਬੀ ਪ੍ਰਿਪੇਅਰ ਐਂਡ ਬੀ ਪੋਜ਼ਿਟਿਵ ਪੋਜ਼ਿਟਿਵ ਵੇ ਨਾਲ ਲਾ ਤਿਆਰੀ ਕਰੋ ਇਹਦੀ ਐਂਡ ਯੂ ਕੈਨ ਕਲੀਅਰ ਓਕੇ ਪੀਐਸ ਟੈਟ ਜਿਨ੍ਹਾਂ ਦਾ ਹੁਣ ਕਲੀਅਰ ਹੋਇਆ ਪੰਜਾਬ ਟੈਟ ਉਹਨਾਂ ਨੂੰ ਤਾਂ ਬਹੁਤ ਵਧੀਆ ਓਪਰਚੁਨਿਟੀ ਹੈਗੀ ਆ ਸੋ ਠੀਕ ਹੈ ਵੀ ਮੋਟੀਵੇਟ ਐਂਡ ਬੀ ਪੋਜ਼ਿਟਿਵ ਓਕੇ ਥੈਂਕਸ ਫਾਰ ਵਾਚਿੰਗ ਦ ਵੀਡੀਓ